ਬਠਿੰਡਾ ਦੇ ਮਲਤਾਨੀਆ ਪੁਲ ਦੇ ਵਿੱਚ ਬਰਸਾਤ ਹੋਣ ਦੇ ਕਾਰਨ ਪਏ ਖੱਡੇ ਸਾਰੀ ਮਿੱਟੀ ਪੁਲ ਤੋਂ ਖੁਰ ਕੇ ਆਈ ਥੱਲੇ। ਲੋਕਾਂ ਨੇ ਕਿਹਾ ਕੋਈ ਹੋ ਸਕਦਾ ਵੱਡਾ ਹਾਦਸਾ। ਦੱਸਦੀ ਹੈ ਕਿ ਬਠਿੰਡਾ ਦੇ ਮਲਤਾਨੀਆ ਪੁਲ ਦੇ ਪੁਰਾਣੇ ਹੋਣ ਦੇ ਕਾਰਨ ਪਹਿਲਾਂ ਵੀ ਛੋਟੇ ਵੱਡੇ ਹਾਦਸੇ ਹੁੰਦੇ ਰਹਿੰਦੇ ਹਨ। ਕਈ ਵਾਰੀ ਲੋਕਾਂ ਨੇ ਆਪਣੀ ਜਾਨ ਬਚਾਈ ਹੈ ਕਿਉਂਕਿ ਇਸ ਦੇ ਅੰਦਰ ਚੂਹੇ ਜ਼ਿਆਦਾ ਹੋਣ ਦੇ ਕਾਰਨ ਮਿੱਟੀ ਵਾਲਾ ਪੁਲ ਬਣਾਇਆ ਅਤੇ ਚੂਹਿਆਂ ਨੇ ਮਿੱਟੀ ਦੇ ਵਿੱਚੋਂ ਕੱਢ ਦਿੱਤੀ ਹੈ, ਜਿਸ ਦੇ ਨਾਲ ਵੱਡੇ ਵੱਡੇ ਖੱਡੇ ਪੈ ਚੁੱਕੇ ਹਨ। ਜਦੋਂ ਵੀ ਬਰਸਾਤ ਹੁੰਦੀ ਤਾਂ ਸਾਰਾ ਪਾਣੀ ਉੱਤੋਂ ਮਿੱਟੀ ਖੁਰ ਕੇ ਹੇਠਾਂ ਆ ਜਾਂਦੀ ਹੈ, ਇਹ ਵਿੱਚੋਂ ਥੋਥਲਾ ਹੋ ਜਾਂਦਾ ਅਤੇ ਕੋਈ ਹਾਦਸਾ ਹੋਣ ਦਾ ਹਰ ਵੇਲੇ ਡਰ ਬਣਿਆ ਰਹਿੰਦਾ। ਉਦੋਂ ਲੋਕਾਂ ਨੇ ਅਪੀਲ ਕੀਤੀ ਹੈ ਕਿ ਸਰਕਾਰ ਇਸ ਦੇ ਵੱਲ ਧਿਆਨ ਦੇਵੇ, ਇਸ ਦੀ ਪਹਿਲਾਂ ਰਿਪੇਅਰ ਕਰ ਦੇ, ਨਵਾਂ ਬਣਾਉਣ ਦੀ ਬਾਅਦ ਦੀ ਗੱਲ ਹੈ, ਪਹਿਲਾਂ ਇਸ ਦੀ ਰਿਪੇਅਰ ਕਰੇ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ। ਸਾਰੇ ਮੁਲਤਾਨੀਆ ਪੁਲ ਹੈ ਜਿਹੜਾ ਬਿਲਕੁਲ ਜਮ੍ਹਾਂ ਥੋਥਲਾ ਹੋ ਚੁੱਕਿਆ, ਜਮ੍ਹਾਂ ਬੈਠਾ ਹੋਇਆ ਜੀ ਥੱਲੇ। ਹੁਣ ਜਿਵੇਂ ਪੌੜੀਆਂ ਦੇ ਮੂਹਰੇ ਮਿੱਟੀ ਬਹੁਤ ਜ਼ਿਆਦਾ ਆਈ ਪਈ ਹੈ, ਰਾਤ ਉਹਦੇ ਸਾਈਡ 'ਤੇ ਪਾਣੀ ਵੜਿਆ ਅਤੇ ਕਦੋਂ ਵੀ ਕੋਈ ਵੱਡਾ ਹਾਦਸਾ ਹੋ ਸਕਦਾ। ਜਿਹੜੀ ਗੱਡੀ ਕੋਈ ਵਹੀਕਲ ਹੈਵੀ ਲੰਘ ਗਿਆ ਜਮ੍ਹਾਂ ਨਾਲ ਪੁਲ ਦੇ, ਉਹ ਗੱਡੀ ਥੱਲੇ ਡਿੱਗ ਸਕਦੀ ਹੈ ਅਤੇ ਥੱਲੇ ਬਹੁਤ ਵੱਡਾ ਨੁਕਸਾਨ ਹੋ ਸਕਦਾ। ਇੱਥੇ ਲੱਖਾਂ ਕਰੋੜਾਂ ਰੁਪਇਆ ਖਰਚਾ ਜਾਂਦਾ ਗਾ ਰਿਪੇਅਰ, ਸਾਰੇ ਰਿਪੇਅਰ ਕੀਤੀ ਹੈ ਸਰ। ਚੂਹੇ ਹੋਣ ਦੇ ਕਾਰਨ ਮਿੱਟੀ ਜਿਹੜੀ ਬਹੁਤ ਜ਼ਿਆਦਾ ਨਿਕਲਦੀ ਹੈ, ਚੂਹਿਆਂ ਨੇ ਮਿੱਟੀ ਪੁਲ ਥੋਥਲਾ ਕਰਤਾ, ਉਹਦੇ ਕਰਕੇ ਬਹੁਤ ਵੱਡਾ ਟੋਇਆ ਹੋਇਆ ਪਿਆ। ਹੁਣ ਸਾਰੀ ਮਿੱਟੀ ਥੱਲੇ ਆਈ ਜਾਂਦੀ ਹੈ, ਕੋਈ ਵੀ ਹਾਦਸਾ ਹੋ ਸਕਦਾ ਵੱਡਾ ਜਦੋਂ ਮਰਜ਼ੀ। ਹੁਣ ਪੰਜਾਬ ਸਰਕਾਰ ਵੱਲੋਂ ਜਿਹੜੇ ਦੋ ਪੁਲ ਇੱਕ ਇਹ ਨਵਾਂ ਬਣਾਉਣ ਵਾਸਤੇ ਅਤੇ ਇੱਕ ਹੋਰ ਬਣਾਉਣ ਵਾਸਤੇ, ਸਾਰ ਉਹ ਦੋ ਪੁਲ ਮਨਜ਼ੂਰ ਹੋਏ ਆ ਪਰ ਉਹਨਾਂ ਨੂੰ ਬਹੁਤ ਟਾਈਮ ਲੱਗੂਗਾ, ਉਦੋਂ ਪਹਿਲਾਂ ਰਿਪੇਅਰ ਕੀਤੀ ਜਾਵੇ, ਕੋਈ ਹਾਦਸੇ ਹੋਣ ਤੋਂ ਬਚਾਇਆ ਜਾਵੇ।